ਸਤਿ ਸ਼੍ਰੀ ਅਕਾਲ ਦੋਸਤੋ, ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਪੰਜਾਬ ਦੀ ਇੱਕ ਵੱਡੀ ਅਤੇ ਅਹਿਮ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਪੰਜਾਬ ਦੀ ਨਾਭਾ ਜੇਲ੍ਹ ਸਿਕਿਉਰਿਟੀ ਪੱਖੋਂ ਹਾਈ ਸੁਰੱਖਿਆ ਵਾਲੀ ਜੇਲ੍ਹ ਹੈ, ਸਖ਼ਤ ਸੁਰੱਖਿਆ ਵਾਲੀ ਜੇਲ੍ਹ ਹੈ। ਉਸ ਜੇਲ੍ਹ ਦੇ ਵਿੱਚ ਬੀਤੇ 10 ਮਹੀਨਿਆਂ ਤੋਂ ਮਹਿੰਦਰਪਾਲ ਸਿੰਘ, ਜਿਸ ਦੀ ਉਮਰ 48 ਵਰੇ ਦੱਸੀ ਜਾ ਰਹੀ ਹੈ, ਫਰੀਦਕੋਟ ਦਾ ਰਹਿਣ ਵਾਲਾ ਸੀ, ਉਸਦਾ ਕਤਲ ਹੋਣ ਦੀ ਖਬਰ ਹੈ। ਦੱਸਣਾ ਚਾਹੁੰਦਾ ਹੈ ਕਿ ਇਹ ਵਿਅਕਤੀ ਮਹਿੰਦਰਪਾਲ ਸਿੰਘ ਉਰਫ ਬਿੱਟੂ ਡੇਰਾ ਸੱਚਾ ਸੌਦਾ ਦਾ ਪ੍ਰੇਮੀ ਸੀ ਅਤੇ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦਾ ਇੱਕ ਮੈਂਬਰ ਸੀ। ਇਸਨੂੰ ਬੀਤੇ ਵਰੇ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ। ਕੋਟਕਪੂਰਾ ਦੀ ਪੁਲਿਸ ਨੇ ਇਸ ਦੇ ਖਿਲਾਫ ਕੇਸ ਦਰਜ ਕੀਤਾ ਹੋਇਆ ਸੀ। ਬਰਗਾੜੀ ਕਾਂਡ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਸ ਦਾ ਮੁੱਖ ਦੋਸ਼ੀ, ਅਤੇ ਇਸ ਦੇ ਨਾਲ ਨਾਲ ਇਸ ਦੇ ਕੋਲੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਸਨ। ਦੋਸਤੋ, ਹੁਣ ਜਿਹੜੀ ਜਾਣਕਾਰੀ ਮਿਲੀ ਹੈ ਕਿ ਨਾਭਾ ਜੇਲ੍ਹ ਦੇ ਵਿੱਚ ਦੋ ਹੋਰ ਕੈਦੀ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਵੀ ਸਜ਼ਾ ਕੱਟ ਰਹੇ ਸਨ, ਪਰ ਇਹ ਵਿਅਕਤੀ ਅੰਡਰ ਟ੍ਰਾਇਲ ਸੀ। ਨਾਭਾ ਜੇਲ੍ਹ ਦੇ ਵਿੱਚ ਉਸਾਰੀ ਦਾ ਕੰਮ ਚੱਲਦਾ ਹੈ, ਜਿਸ ਦੇ ਵਿੱਚ ਇੱਟਾਂ, ਪੱਥਰ, ਰੋੜੇ ਅਤੇ ਸਰੀਆ ਵਗੈਰਾ ਉੱਥੇ ਪਿਆ ਹੈ। ਮਿਲੀ ਪੁਖਤਾ ਜਾਣਕਾਰੀ ਦੇ ਅਨੁਸਾਰ ਜੇਲ੍ਹ ਦੇ ਅੰਦਰ ਇਸ ਵਿਅਕਤੀ ਦੀ ਮਨਿੰਦਰ ਅਤੇ ਗੁਰਸੇਵਕ ਦੇ ਨਾਲ ਲੜਾਈ ਝਗੜਾ ਹੁੰਦਾ ਹੈ। ਮਨਿੰਦਰ ਅਤੇ ਗੁਰਸੇਵਕ ਇਸ ਨੂੰ ਸਖ਼ਤ ਫੱਟੜ ਲੜਾਈ ਝਗੜੇ ਵਿੱਚ ਕਰ ਦਿੰਦੇ ਨੇ। ਮਹਿੰਦਰ ਸਿੰਘ ਬਿੱਟੂ ਨੂੰ ਜਦੋਂ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਉੱਥੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਹੁਣ ਇਸ ਦੀ ਮੌਤ ਤੋਂ ਬਾਅਦ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਦਾ ਕਤਲ ਹੋਣ ਦੇ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਸੁਪਰਡੈਂਟ ਅਤੇ ਬੈਰਕ ਇੰਚਾਰਜ ਨੂੰ ਜਿੱਥੇ ਮੁਅੱਤਲ ਕਰ ਦਿੱਤਾ ਹੈ, ਸਸਪੈਂਡ ਕਰ ਦਿੱਤਾ ਹੈ, ਉੱਥੇ ਹੀ ਮਨਿੰਦਰ ਅਤੇ ਗੁਰਸੇਵਕ ਦੇ ਖਿਲਾਫ, ਦੋਵਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਅਤੇ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਇਸ ਪ੍ਰੇਮੀ ਦੇ ਕਤਲ ਤੋਂ ਬਾਅਦ BSF ਦੀਆਂ 10 ਕੰਪਨੀਆਂ ਤੈਨਾਤ ਕਰ ਦਿੱਤੀਆਂ ਗਈਆਂ ਨੇ। ਇਸ ਦੇ ਨਾਲ ਹੀ ਰੈਪਿਡ ਐਕਸ਼ਨ ਫੋਰਸ ਭਾਵ RAF ਵੀ ਤੈਨਾਤ ਕਰ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਜਿਹੜੇ ਪੁਲਿਸ ਮੁਖੀ ਨੇ, SSP ਨੇ ਜ਼ਿਲ੍ਹਿਆਂ ਦੇ, ਉਹਨਾਂ ਨੂੰ ਸਖ਼ਤ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਤਾਂ ਕਿ ਕਿਤੇ ਵੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਦੱਸਣਾ ਬਣਦਾ ਕਿ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਫਰੀਦਕੋਟ ਅਤੇ ਕਿਹੋ ਨਾ ਇਲਾਕਿਆਂ ਵਿੱਚ ਪ੍ਰੇਮੀਆਂ ਦੀ ਹਾਲੇ ਵੀ ਵੱਡੀ ਗਿਣਤੀ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਹਾਈ ਅਲਰਟ ਹੈ ਤਾਂ ਕਿ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਬਰਕਰਾਰ ਰੱਖੀ ਜਾ ਸਕੇ। ਪਰ ਆਪਣੇ ਆਪ ਦੇ ਵਿੱਚ ਇਹ ਇੱਕ ਵੱਡਾ ਸਵਾਲ ਹੈ ਕਿ ਜੇਲ੍ਹ ਦੇ ਅੰਦਰ ਅੰਡਰ ਟ੍ਰਾਇਲ ਇੱਕ ਕੈਦੀ ਦੀ ਇਸ ਤਰ੍ਹਾਂ ਮੌਤ ਹੋਣ ਦੀ, ਭਾਵ ਕਤਲ ਕਰ ਦਿੱਤੇ ਜਾਣ ਦੀ ਲੜਾਈ ਝਗੜੇ ਦੀ ਖਬਰ ਕੋਈ ਛੋਟੀ ਖਬਰ ਨਹੀਂ ਹੈ। ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਇਹ ਪਹਿਲੀ ਵੀ ਨਹੀਂ ਤੇ ਇਹ ਆਖਰੀ ਵੀ ਨਹੀਂ। ਬਹੁਤ ਸਾਰੀਆਂ ਹੋਰ ਥਾਵਾਂ ਤੋਂ ਵੀ ਜੇਲ੍ਹਾਂ ਦੇ ਅੰਦਰੋਂ ਇਸ ਤਰ੍ਹਾਂ ਦੀਆਂ ਖਬਰਾਂ ਅਕਸਰ ਮਿਲਦੀਆਂ ਰਹਿੰਦੀਆਂ ਨੇ ਕਿ ਕਿਤੇ ਲੜਾਈ ਝਗੜਾ ਕੈਦੀਆਂ ਦਾ ਹੋ ਗਿਆ ਤੇ ਕਈ ਵਾਰ ਇਹ ਵਾਰਦਾਤਾਂ ਕਤਲ ਤੱਕ ਜਾ ਪਹੁੰਚਦੀਆਂ ਨੇ। ਇਸੇ ਦੀ ਇੱਕ ਇਹ ਤਾਜ਼ਾ ਮਿਸਾਲ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਨਾਭਾ ਦੇ ਵਿੱਚ ਹੋਇਆ ਕਤਲ ਹੈ, ਅਤੇ ਇਹ ਕਤਲ 48 ਵਰਿਆਂ ਦੇ ਮਹਿੰਦਰ ਸਿੰਘ ਉਰਫ ਬਿੱਟੂ ਦਾ, ਜਿਹੜਾ ਬਰਗਾੜੀ ਕਾਂਡ ਦਾ ਮੁੱਖ ਦੋਸ਼ੀ ਸੀ, ਉਸਦਾ ਹੋਇਆ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਹਾਲਾਤ ਤਣਾਅਪੂਰਨ ਨੇ ਅਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੋਸਤੋ, ਧੰਨਵਾਦ।